ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੈਦੀਆਂ ਦੇ ਵੱਲੋਂ ਅੱਗ ਲਗਾਈ ਗਈ, ਪਥਰਾ ਕੀਤਾ ਗਿਆ, ਜਿਸ ਮੌਕੇ ਕਈ ਮੁਲਾਜ਼ਮ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਹੰਗਾਮੇ ਦੇ ਨਾਲ ਨਾਲ ਜੇਲ੍ਹ ਦੇ ਅੰਦਰ ਗੋਲੀਬਾਰੀ ਵੀ ਹੋਈ, ਜਿਸ ਤੋਂ ਬਾਅਦ ਸਾਇਰਨ ਵੱਜਿਆ, ਵੱਡੀ ਗਿਣਤੀ ਦੇ ਵਿੱਚ ਪੁਲਿਸ ਬੁਲਾਈ ਗਈ, ਬਾਅਦ ਵਿੱਚ CRPF ਦੇ ਜਵਾਨਾਂ ਨੂੰ ਵੀ ਬੁਲਾਇਆ ਗਿਆ। SSP ਗੁਰਦਾਸਪੁਰ ਅਤੇ DC ਹਿਮਾਂਸ਼ੂ ਅਗਰਵਾਲ ਵੀ ਮੌਕੇ ਤੇ ਪਹੁੰਚ ਗਏ ਤਾਂ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਹੜਕੰਪ ਮੱਚ ਗਿਆ। ਕੈਦੀਆਂ ਦੇ ਵੱਲੋਂ ਜੇਲ੍ਹ ਦੇ ਵਿੱਚ ਅੱਗ ਲਗਾਈ ਗਈ, ਮੁਲਾਜ਼ਮਾਂ ਨੂੰ ਸਾਹ ਚੜਿਆ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ ਕੈਦੀਆਂ ਦੇ ਦੋ ਧੜੇ ਆਪਸ ਦੇ ਵਿੱਚ ਭਿੜੇ ਨੇ। ਜੇਲ੍ਹ ਦੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਜਲਦਬਾਜ਼ੀ ਦੀ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਗੁੱਸੇ ਦੇ ਵਿੱਚ ਆਏ ਕੈਦੀਆਂ ਨੇ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਪਥਰਾਅ ਮੌਕੇ SHO ਸਮੇਤ 4 ਪੁਲਿਸ ਦੇ ਮੁਲਾਜ਼ਮ ਜ਼ਖਮੀ ਹੋਏ ਨੇ। ਸਾਰਿਆਂ ਨੂੰ ਇਲਾਜ ਦੇ ਲਈ ਸਿਵਲ ਹਸਪੀਟਲ ਗੁਰਦਾਸਪੁਰ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਸਾਡੇ ਕੋਲ ਨਾ 3 ਪੇਸ਼ੈਂਟਸ ਆਏ ਨੇ, ਇੱਕ SHO ਮਨਦੀਪ ਸਲਗੋਤਰਾ ਧਾਰੀਵਾਲ ਦੇ ਨੇ, ਇੱਕ ASI ਜਗਦੀਪ ਸਿੰਘ ਆ ਤੇ ਇੱਕ ਜੇਲ੍ਹ ਸਿਕਿਉਰਿਟੀ ਗਾਰਡ ਯੋਧਾ ਸਿੰਘ ਆ। ਹਿਸਟਰੀ ਦੇ ਰਹੇ ਨੇ ਕਿ ਜੇਲ੍ਹ ਦੇ ਵਿੱਚ ਕੋਈ ਅਸੋਲਟ ਹੋ ਗਿਆ ਸੀ ਪ੍ਰਿਜ਼ਨਰਸ ਦਾ ਆਪਸ ਦੇ ਵਿੱਚ, ਅਤੇ ਸਿਕਿਉਰਿਟੀ ਪਰਪਜ਼ ਲਈ ਗਏ ਹੋਣੇ ਅਤੇ ਉਹਨਾਂ ਦੀ ਵੀ ਕੁਝ ਇੰਜਰੀਜ਼ ਹੈਗੀਆਂ ਨੇ, ਇਸ ਕਰਕੇ ਆਏ ਸੀਗੇ। ਟ੍ਰੀਟਮੈਂਟ ਸਾਰਾ ਉਹਨੂੰ ਦੇ ਦਿੱਤਾ ਗਿਆ। ਕਿਸ ਤਰ੍ਹਾਂ ਦੀ ਇੰਜਰੀਜ਼? ਠੀਕ ਹੈ, ਹਲਕੇ ਹਲਕੇ ਵੂੰਡਸ ਹੈਗੇ ਨੇ, ਅਤੇ ਸਮ ਕਹਿ ਰਹੇ ਕਿ ਪੱਥਰ ਵਗੈਰਾ ਵੀ ਚੱਲੇ ਨੇ, ਉਸ ਹਿਸਾਬ ਨਾਲ ਇੰਜਰੀਜ਼ ਹੈਗੀਆਂ ਨੇ। ਨਹੀਂ, ਫਿਲਹਾਲ ਸਟੇਬਲ ਨੇ ਪੇਸ਼ੈਂਟ, ਕੋਈ ਹੋਰ ਜਗ੍ਹਾ। ਹਾਂਜੀ, ਸੱਟਾਂ MLR ਦੇ ਵਿੱਚ ਆਪਾਂ ਨੋਟ ਕਰ ਦੇਵਾਂਗੇ, ਅਤੇ ਥੋੜ੍ਹੀ ਬਹੁਤੀ ਹੈ ਨੇ, ਸੁਪਰਫੀਸ਼ੀਅਲ ਨੇ ਉਵੇਂ। ਸੱਟਾਂ ਕਾਹਦੀ ਹੈਗੀ ਨੇ, ਕੋਈ ਕੱਟ ਦੀ ਨੇ ਕਿ ਜਾਂ ਕੋਈ ਪੱਥਰ ਪੁੱਥਰ ਦੀ ਹੈਗੀ? ਫਿਲਹਾਲ ਹਿਸਟਰੀ ਪੱਥਰ ਦੀ ਹੈ, ਅਤੇ ਲਗਭਗ ਸੱਟ ਵੀ ਉਹੋ ਜਿਹੀ ਹੈਗੀ ਆ, ਪੱਥਰ ਬਲੰਟ ਸੱਟ ਹੈਗੀ ਆ। ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੈਦੀਆਂ ਦੇ ਵੱਲੋਂ ਅੱਗ ਲਗਾਈ ਗਈ, ਪਥਰਾ ਕੀਤਾ ਗਿਆ, ਜਿਸ ਮੌਕੇ ਕਈ ਮੁਲਾਜ਼ਮ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਹੰਗਾਮੇ ਦੇ ਨਾਲ ਨਾਲ ਜੇਲ੍ਹ ਦੇ ਅੰਦਰ ਗੋਲੀਬਾਰੀ ਵੀ ਹੋਈ, ਜਿਸ ਤੋਂ ਬਾਅਦ ਸਾਇਰਨ ਵੱਜਿਆ, ਵੱਡੀ ਗਿਣਤੀ ਦੇ ਵਿੱਚ ਪੁਲਿਸ ਬੁਲਾਈ ਗਈ, ਬਾਅਦ ਵਿੱਚ CRPF ਦੇ ਜਵਾਨਾਂ ਨੂੰ ਵੀ ਬੁਲਾਇਆ ਗਿਆ। SSP ਗੁਰਦਾਸਪੁਰ ਅਤੇ DC ਹਿਮਾਂਸ਼ੂ ਅਗਰਵਾਲ ਵੀ ਮੌਕੇ ਤੇ ਪਹੁੰਚ ਗਏ ਤਾਂ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਹੜਕੰਪ ਮੱਚ ਗਿਆ। ਕੈਦੀਆਂ ਦੇ ਵੱਲੋਂ ਜੇਲ੍ਹ ਦੇ ਵਿੱਚ ਅੱਗ ਲਗਾਈ ਗਈ, ਮੁਲਾਜ਼ਮਾਂ ਨੂੰ ਸਾਹ ਚੜਿਆ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ ਕੈਦੀਆਂ ਦੇ ਦੋ ਧੜੇ ਆਪਸ ਦੇ ਵਿੱਚ ਭਿੜੇ ਨੇ। ਜੇਲ੍ਹ ਦੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਜਲਦਬਾਜ਼ੀ ਦੀ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਗੁੱਸੇ ਦੇ ਵਿੱਚ ਆਏ ਕੈਦੀਆਂ ਨੇ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਪਥਰਾਅ ਮੌਕੇ SHO ਸਮੇਤ 4 ਪੁਲਿਸ ਦੇ ਮੁਲਾਜ਼ਮ ਜ਼ਖਮੀ ਹੋਏ ਨੇ। ਸਾਰਿਆਂ ਨੂੰ ਇਲਾਜ ਦੇ ਲਈ ਸਿਵਲ ਹਸਪੀਟਲ ਗੁਰਦਾਸਪੁਰ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਸਾਡੇ ਕੋਲ ਨਾ 3 ਪੇਸ਼ੈਂਟਸ ਆਏ ਨੇ, ਇੱਕ SHO ਮਨਦੀਪ ਸਲਗੋਤਰਾ ਧਾਰੀਵਾਲ ਦੇ ਨੇ, ਇੱਕ ASI ਜਗਦੀਪ ਸਿੰਘ ਆ ਅਤੇ ਇੱਕ ਜੇਲ੍ਹ ਸਿਕਿਉਰਿਟੀ ਗਾਰਡ ਯੋਧਾ ਸਿੰਘ ਆ। ਹਿਸਟਰੀ ਦੇ ਰਹੇ ਨੇ ਕਿ ਜੇਲ੍ਹ ਦੇ ਵਿੱਚ ਕੋਈ ਅਸੋਲਟ ਹੋ ਗਿਆ ਸੀ ਪ੍ਰਿਜ਼ਨਰਸ ਦਾ ਆਪਸ ਦੇ ਵਿੱਚ, ਅਤੇ ਸਿਕਿਉਰਿਟੀ ਪਰਪਜ਼ ਲਈ ਗਏ ਹੋਣੇ ਅਤੇ ਉਹਨਾਂ ਦੀ ਵੀ ਕੁਝ ਇੰਜਰੀਜ਼ ਹੈਗੀਆਂ ਨੇ, ਇਸ ਕਰਕੇ ਆਏ ਸੀਗੇ। ਟ੍ਰੀਟਮੈਂਟ ਸਾਰਾ ਉਹਨੂੰ ਦੇ ਦਿੱਤਾ ਗਿਆ। ਕਿਸ ਤਰ੍ਹਾਂ ਦੀ ਇੰਜਰੀਜ਼? ਠੀਕ ਹੈ, ਹਲਕੇ ਹਲਕੇ ਵੂੰਡਸ ਹੈਗੇ ਨੇ, ਅਤੇ ਸਮ ਕਹਿ ਰਹੇ ਕਿ ਪੱਥਰ ਵਗੈਰਾ ਵੀ ਚੱਲੇ ਨੇ, ਉਸ ਹਿਸਾਬ ਨਾਲ ਇੰਜਰੀਜ਼ ਹੈਗੀਆਂ ਨੇ। ਨਹੀਂ, ਫਿਲਹਾਲ ਸਟੇਬਲ ਨੇ ਪੇਸ਼ੈਂਟ, ਕੋਈ ਹੋਰ ਜਗ੍ਹਾ। ਹਾਂਜੀ, ਸੱਟਾਂ MLR ਦੇ ਵਿੱਚ ਆਪਾਂ ਨੋਟ ਕਰ ਦੇਵਾਂਗੇ, ਅਤੇ ਥੋੜ੍ਹੀ ਬਹੁਤੀ ਹੈ ਨੇ, ਸੁਪਰਫੀਸ਼ੀਅਲ ਨੇ ਉਵੇਂ। ਸੱਟਾਂ ਕਾਹਦੀਆਂ ਹੈਗੀਆਂ ਨੇ, ਕੋਈ ਕੱਟ ਦੀਆਂ ਨੇ ਕਿ ਜਾਂ ਕੋਈ ਪੱਥਰ ਪੁੱਥਰ ਦੀ ਹੈਗੀ? ਫਿਲਹਾਲ ਹਿਸਟਰੀ ਪੱਥਰ ਦੀ ਹੈ, ਅਤੇ ਲਗਭਗ ਸੱਟ ਵੀ ਉਹੋ ਜਿਹੀ ਹੈਗੀ ਆ, ਪੱਥਰ ਬਲੰਟ ਸੱਟ ਹੈਗੀ ਆ।